ਮੇਰੇ ਨਾਲ ਨੇ ਸਿਆਲਕੋਟ ਤੋਂ ਬੋਬੀ ਡਾਰ, ਅਤੇ ਬੋਬੀ ਡਾਰ ਨਾਲ ਮੈਂ ਆਇਆ ਵਾਂ ਇਸ ਵੇਲੇ ਗੁਰਦੁਆਰਾ ਬਾਬੇ ਦੀ ਬੇਰੀ ਗੁਰਦੁਆਰਾ ਸਾਹਿਬ। ਇਸ ਦੀ ਡਿਟੇਲ ਤਾਂ ਮੈਂ ਵਾਧੂ ਦੱਸਾਂਗਾ ਕਿ ਵੀ ਇਹ ਗੁਰਦੁਆਰਾ ਜਿਹੜਾ ਬਿਲੋਂਗ ਕਰਦਾ ਉਹ ਕਿਹੜੀ ਪਾਤਸ਼ਾਹੀ ਨਾਲ ਹੈ, ਲੇਕਿਨ ਗੌਰਮੈਂਟ ਨੇ ਇਹਦੇ 'ਤੇ ਖਾਸ ਤਵੱਜੋ ਦਿੱਤੀ ਹੈ। ਹੁਣ ਇਹ ਗੁਰਦੁਆਰੇ ਨੂੰ ਰੈਨੋਵੇਟ ਕੀਤਾ ਗਿਆ, ਇਹ ਦੇਖੋ ਬਹੁਤ ਅੱਛੀ ਹਾਲਤ ਵਿੱਚ ਕੀਤਾ ਗਿਆ ਇਸ ਗੁਰਦੁਆਰੇ ਨੂੰ। ਔਰ ਬਹੁਤ ਜਲਦ ਸੁਣਿਆ ਕਿ ਵੀ ਇਹ ਐਕਟਿਵ ਵੀ ਹੋ ਜਾਏਗਾ ਔਰ ਇੱਥੇ ਬਕਾਇਦਾ ਤੌਰ ਦੇ ਉੱਤੇ ਜਿਹੜਾ ਇੱਕ ਸੇਵਾਦਾਰ ਮੌਜੂਦ ਹੁੰਦਾ। ਸੇਵਾਦਾਰ ਸਾਹਿਬ ਦੀ ਬੜੀ ਕੋਸ਼ਿਸ਼ ਕੀਤੀ ਅਤੇ ਇਸ ਵੇਲੇ ਫਿਲਹਾਲ ਨਹੀਂ ਮਿਲ ਸਕੇ ਉਹ ਮੈਨੂੰ। ਅਤੇ ਇਹ ਜਿਹੜੀ ਸਾਰੀ ਬਿਲਡਿੰਗ ਹੈ ਇਹ ਗੁਰਦੁਆਰਾ ਸਾਹਿਬ ਦੀ ਹੈ। ਗੁਰਦੁਆਰਾ ਜਿਹੜਾ ਹੈ ਇਹ ਸਿਆਲਕੋਟ ਦਾ ਇੱਕ ਏਰੀਆ ਹੈ, ਨੇਕਾਪੁਰਾ। ਨੇਕਾਪੁਰਾ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਹੈ। ਔਰ ਦੇਖੋ ਦੁਬਾਰਾ ਤੋਂ ਹਾਲ ਜਿਹੜਾ ਰੈਨੋਵੇਟ ਕੀਤਾ ਗਿਆ, ਇਸ ਨੂੰ ਅਸਲ ਹਾਲਤ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜਾ ਕਿ ਪ੍ਰੀ ਪਾਰਟੀਸ਼ਨ ਸੀ। ਔਰ ਇਹਦੇ ਚਾਰੋਂ ਪਾਸੇ ਦਾ ਮੰਜ਼ਰ ਤੁਹਾਨੂੰ ਮੈਂ ਦਿਖਾਉਂਦਾ ਵਾਂ। ਇਹ ਇੰਟਰਸ ਦੇ ਨਾਲ ਹੀ ਜਿਹੜਾ ਉਹ ਛੋਟਾ ਜਿਹਾ ਇੱਕ ਕਮਰਾ ਸੀ। ਮਿਸ਼ਾਨ ਸਾਹਿਬ ਇਹ ਗੁਰਦੁਆਰੇ ਦਾ ਪੁਰਾਣਾ ਰਸਤਾ, ਇਹ ਮੇਨ ਐਂਟਰੈਂਸ ਸੀ, ਲੇਕਿਨ ਹੁਣ ਐਂਟਰੈਂਸ ਜਿਹੜੀ ਆ ਉਹ ਵੱਡੀ ਬਣਾਈ ਗਈ ਹੈ। ਇਸ ਤੋਂ ਕਬਜ਼ਾ ਵਗੈਰਾ ਛੁਡਵਾਇਆ ਗਿਆ ਗੁਰਦੁਆਰੇ ਤੋਂ, ਹੁਣ ਜਿਹੜਾ ਇਹ ਦੁਬਾਰਾ ਤੋਂ ਐਕਟਿਵ ਕੀਤਾ ਜਾ ਰਿਹਾ ਔਰ ਸੰਗਤਾਂ ਦੀ ਸੇਵਾ 'ਚ ਦੁਬਾਰਾ ਖੋਲ੍ਹਿਆ ਜਾ ਰਿਹਾ। ਬਾਬਾ ਜੀ ਦੇ ਪਿਆਰ ਕਰਨ ਵਾਲੇ, ਬਾਬਾ ਜੀ ਦੇ ਚਾਹਣ ਵਾਲਿਆਂ ਨੇ ਇਸ ਨੂੰ ਦੁਬਾਰਾ ਤੋਂ ਜਿਹੜਾ ਉਹ ਸ਼ੁਰੂ ਕਰਨ ਦਾ ਪ੍ਰੋਗਰਾਮ ਬਣਾਇਆ। ਆਓ ਮੈਂ ਤੁਹਾਨੂੰ ਲੈ ਚੱਲਾਂ ਗੁਰਦੁਆਰੇ ਦੀ ਰੈਨੋਵੇਸ਼ਨ ਦੇ ਬਾਰੇ, ਪੂਰੀ ਡਿਟੇਲਸ ਦੇ ਮੁਤਲਕ। ਇਹ ਕੋਈ ਦੇਖੋ ਗਵਰਨਮੈਂਟ ਆਫ ਪਾਕਿਸਤਾਨ, ਔਰ ਉਸ ਤੋਂ ਬਾਅਦ ਹੈ ਦੇਖੋ ਤੁਸੀਂ, ਮੈਂ ਕਲੋਜ਼ ਦਿਖਾ ਰਿਹਾ, ਇਹ ਕੌਨ ਕਾਰ ਤੋਂ ਬਾਅਦ ਦਾ ਪੂਰਾ ਕੁਛ ਪੜ੍ਹ ਕੇ ਸੁਣਾਉਣਾ ਵਾਂ। ਆਈਨੇ ਪਾਕਿਸਤਾਨ ਦੇ ਮੁਤਾਬਿਕ ਪਾਕਿਸਤਾਨ 'ਚ ਰਹਿਣ ਵਾਲੇ ਤਮਾਮ ਅਕਲੀਤਾਂ ਨੂੰ, ਮਿਨੋਰਟੀਜ਼ ਨੂੰ ਮੁਕੰਮਲ ਰਿਲੀਜੀਅਸ ਫਰੀਡਮ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਪਾਕਿਸਤਾਨੀ ਸਿੱਖ ਸੰਗਤ ਦੇ ਦਰੀਨਾ ਮੁਤਾਲਬਾ ਪੂਰਾ ਕਰਦੇ ਹੋਏ ਇੱਜ਼ਤ ਮੁਆਬ ਜਨਾਬ ਸੈਯਦ ਆਸ਼ਮੀ, ਸੈਯਦ ਆਸਿਫ ਆਸ਼ਮੀ ਸਾਹਿਬ, ਚੇਅਰਮੈਨ ਮਤਰੂਕਾ ਵਕਫ ਇਮਲਾਕ ਬੋਰਡ ਪਾਕਿਸਤਾਨ, ਇਹਨਾਂ ਨੇ ਇਫਤਤਾਹ ਕੀਤਾ 2012 ਵਿੱਚ, ਇਸ ਦਾ ਇਫਤਤਾਹ ਕੀਤਾ ਸੀ। ਔਰ ਤਾਰੀਖ ਗੁਰਦੁਆਰਾ ਸ੍ਰੀ ਬਾਬਾ ਦੀ ਬੇਰੀ ਸਾਹਿਬ ਸਿਆਲਕੋਟ, ਇਫਤਤਾਹ ਆਜ ਮੋਰਖਾ 30 ਜਨਵਰੀ 2012, ਬਾ ਮੁਤਾਬਕ 6 ਮਾਘ 543 ਨਾਨਕ ਸ਼ਾਹੀ ਕੋ ਆਪਣੇ ਦਸਤੇ ਮੁਬਾਰਕ ਸੇ ਕਿਆ। ਇਹ ਇਸ ਦੀ ਸਾਰੀ ਡਿਟੇਲ ਹੈ। ਇੱਕ ਪਾਸੇ ਗਵਰਨਮੈਂਟ ਆਫ ਪਾਕਿਸਤਾਨ ਦਾ ਸਾਈਨ ਹੈ ਔਰ ਦੂਸਰੇ ਪਾਸੇ ਗੁਰੂ ਖੰਡਾ ਹੈ। ਗੁਰਦੁਆਰਾ ਸ੍ਰੀ ਬਾਬੇ ਦੀ ਬੇਰੀ, ਆਓ ਮੈਂ ਤੁਹਾਨੂੰ ਬਾਕੀ ਦੇ ਦਰਸ਼ਨ ਕਰਵਾਉਣਾ। ਗੁਰਦੁਆਰੇ ਆਪਣੇ ਆਬੋਤਾਬ ਦੇ ਨਾਲ, ਇਹ ਗੁਰਦੁਆਰਾ ਬਾਰਾਦਰੀ ਟਾਈਪ ਸੀ। ਇਹ ਦੇਖੋ ਇਸ ਵਿੱਚ ਬਿਊਟੀਫੁਲ ਆਰਚਸ ਗੁਰਦੁਆਰੇ ਦੀਆਂ। ਇਹ ਗੁਰਦੁਆਰੇ ਸਾਹਿਬ ਦਾ ਗੇਟ, ਚਾਰ ਦਰਵਾਜ਼ੇ, ਚਾਰੋਂ ਦੇ ਚਾਰੋਂ ਦਰਵਾਜ਼ੇ ਜਿਹੜੇ ਨੇ ਦੁਬਾਰਾ ਲਾਏ ਗਏ ਨੇ।
ਗੁਰਦੁਆਰਾ ਸ਼੍ਰੀ ਬਾਬੇ ਦੀ ਬੇਰੀ। ਇਸ ਤੋਂ ਬਾਅਦ ਹੈ ਬੇਰੀ ਦਾ ਦਰਖਤ, ਦੇਖੋ ਜੋ ਕਿ ਇਤਿਹਾਸ ਨਾਲ ਜੁੜਿਆ ਹੋਇਆ, ਬੇਰੀ ਦਾ ਬੂਟਾ। ਉਸ ਤੋਂ ਬਾਅਦ ਹੈ ਸੇਵਾ ਕਰਵਾਈ, ਜਿਹੜੀ ਹੈ ਉਸਨੂੰ ਹਾਈਲਾਈਟ ਕਰਨ ਵਾਸਤੇ ਗਲਤ ਤਰੀਕੇ ਨਾਲ ਕੀਤਾ ਹੋਇਆ, ਲੇਕਿਨ ਇਸਨੂੰ ਹਾਈਲਾਈਟ ਕਰਨ ਵਾਸਤੇ ਕੀਤਾ ਸਿਰਫ, ਹੋਰ ਇਸਦਾ ਮਕਸਦ ਕੋਈ ਨਹੀਂ ਹੈ ਕਿ ਜੋ ਰਾਈਟਿੰਗ ਲਿਖੀ ਹੋਈ ਹੈ ਉਸਨੂੰ ਹਾਈਲਾਈਟ ਕੀਤਾ ਜਾ ਸਕੇ। ਆਓ ਮੈਂ ਤੁਹਾਨੂੰ ਕੁਝ ਸੇਵਾਕਾਰਾਂ ਦੇ ਨਾਮ ਦਿਖਾਉਣਾ ਵਾ। ਸੇਵਾ ਕਰਵਾਈ ਜਿਨ੍ਹਾਂ ਲੋਕਾਂ ਨੇ ਗੁਰਦੁਆਰੇ ਦੀ ਸੇਵਾ ਕੀਤੀ ਉਹਨਾਂ ਦੇ ਨਾਮ ਗੁਰਦੁਆਰਾ ਸ਼੍ਰੀ ਬਾਬਾ ਦੀ ਬੇਰੀ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਦੇ ਪੇਜ ਸੇਵ ਹਿਸਟੋਰੀਕਲ ਪਲੇਸਿਸ ਦੇ ਨਾਲ ਇੱਕ ਬਜ਼ੁਰਗਾਂ ਦੀ ਕਬਰ ਵੀ ਹੈ ਇੱਥੇ, ਔਰ ਮੁਸਲਿਮ ਲੋਕ ਇੱਥੇ ਅਕੀਦਤ ਦੇ ਤੌਰ 'ਤੇ ਆਉਂਦੇ ਨੇ। ਦੱਸਿਆ ਜਾਂਦਾ ਕਿ ਬਹੁਤ ਪੁਰਾਣੀ ਹਸਤੀ ਨੇ ਇੱਥੇ, ਗੁਰਦੁਆਰਾ ਸ਼੍ਰੀ ਬਾਬੇ ਦੀ ਬੇਰੀ। ਸ਼ਾਮ ਦੇ ਢਲਦੇ ਸਾਏ ਤੁਹਾਡਾ ਆਪਣਾ ਹੋਸਟ ਬਾਬਾ ਜੀ ਸੇਵ ਹਿਸਟੋਰੀਕਲ ਪਲੇਸਿਸ ਆਫ ਦਾ ਪਾਕਿਸਤਾਨ। ਮੇਰੇ ਨਾਲ ਮੌਜੂਦ ਨੇ ਇਸ ਵੇਲੇ ਬੋਬੀ ਡਾਰ ਸਾਹਿਬ, ਉਹਨਾਂ ਨਾਲ ਗੱਲ ਕਰਦੇ ਹੋਏ ਮੈਂ ਫਿਰ ਸਮਾਪਤ ਕਰਨਾ। ਬੋਬੀ ਡਾਰ ਜੀ, ਬੋਬੀ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਨਾਲ ਲੈ ਕੇ ਆਏ ਇੱਥੇ, ਔਰ ਮੇਰੀ ਕੰਮ ਤੇ ਜੀ ਆਇਆ ਜਨਾਬ। ਅਤੇ ਤੁਸੀਂ ਇਹ ਸਾਰਾ ਕੁਛ ਦੇਖਦੇ ਹੋ, ਜਦੋਂ ਸਭ ਕੁਛ ਠੀਕ ਨਹੀਂ ਸੀ ਤੁਸੀਂ ਮੈਨੂੰ ਦੱਸਿਆ ਤੁਸੀਂ ਬੜੇ ਪਰੇਸ਼ਾਨ ਸੀ, ਹੁਣ ਤੁਸੀਂ ਇਹ ਸਾਰਾ ਕੁਝ ਦੇਖਿਆ ਤਾਂ ਤੁਸੀਂ ਬੜੇ ਖੁਸ਼ ਹੋਏ ਹੋ ਵੇਖ ਕੇ, ਬਹੁਤ ਬਿਹਤਰ ਹਾਲਤ ਹੋ ਗਈ ਅੱਗੇ ਨਾਲੋਂ, ਅਤੇ ਬਹੁਤ ਅੱਛੀ ਹਾਲਤ ਵਿੱਚ ਆ ਗਿਆ। ਤੁਸੀਂ ਇਹ ਜ਼ਰਾ ਦੇਖੋ, ਇਹ ਜਿਹਦੀ ਵਜ੍ਹਾ ਨਾਲ ਗੁਰਦੁਆਰੇ ਦੀ ਹੈ ਮਸ਼ਹੂਰੀ ਹੈ, ਗੁਰਦੁਆਰਾ ਸ਼੍ਰੀ ਬਾਬੇ ਦੀ ਬੇਰੀ। ਤੁਸੀਂ ਮੈਨੂੰ ਜ਼ਰਾ ਕੰਪੋਜ਼ ਕਰਨਾ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਦਰਬਾਰ ਸਾਹਿਬ ਸ਼੍ਰੀ ਬਾਬੇ ਦੀ ਬੇਰੀ, ਗੁਰਦੁਆਰਾ ਸਾਹਿਬ ਸ਼੍ਰੀ ਬਾਬੇ ਦੀ ਬੇਰੀ। ਮੈਂ ਤੁਹਾਡਾ